क्योंकि इन्होंने कोई लोभ लालच वास्ते नहीं यह नौकरियां ज्वाइन कीतियां। साढ़े पिता जी फ्रीडम फाइटर सीगे, ये फ्रीडम फाइटर के पोतरे है। जिवें शहीद भगत सिंह जी ने जिहड़ा सोचा सी भी देश आजाद होने तो बाद जिहो जिहा देश सोचा सी उहो जिहा देश बनाउण विच इन्हां ने योगदान पाया। कहिंदा मेरा सुपना सी कि मेरे बच्चे कदी किते बाहर ना जाण। मैं खुद भी मेरी दिलों यह इच्छा है कि मेरे बच्चे पंजाब विच रह के एक अफसर लाइन विच आ के ਇਮਾਨਦਾਰ ਅਫਸਰ ਬਣ ਕੇ ਸੇਵਾ ਕਰ। ਅਸੀਂ ਅੱਜ ਕਹਿ ਕੇ ਗਏ ਹੈ ਕਿ ਤੁਸੀਂ ਤਕੜੇ ਹੋ ਜਾਓ, ਅਸੀਂ ਤੁਹਾਡੇ ਵਾਸਤੇ UPSC ਦੇ ਸੈਂਟਰ ਖੋਲਣ ਲੱਗੇ ਹਾਂ, ਤਿਆਰੀਆਂ ਕਰਨੀਆਂ, ਹੋਰ ਵੱਡੇ ਅਫਸਰ ਬਣ ਕੇ ਆਪਾਂ ਨਿਕਲ। ਜ਼ਿੰਮੇਵਾਰੀ ਬਣੀ ਇੰਸਪੈਕਟਰ ਜੀ, ਇੰਸਪੈਕਟਰ ਕੋਆਪਰੇਟਿਵ ਸੋਸਾਇਟੀਜ਼। ਤਾਂ ਅੱਗੇ ਵੀ ਪ੍ਰਮਾਤਮਾ ਕਿਰਪਾ ਕਰੇ, ਤਰੱਕੀਆਂ ਕਰੇ ਔਰ ਪੰਜਾਬ ਸਰਕਾਰ ਨੂੰ ਵੀ ਜਿਵੇਂ ਭਾਮਾਨ ਸਾਹਿਬ ਨੇ ਸੋਚਿਆ ਹੈ ਕਿ ਮੈਂ ਖੁਸ਼ਹਾਲ ਪੰਜਾਬ ਬਣਾਉਣਾ, ਸੱਚੇ ਪਾਤਸ਼ਾਹ ਉਹਨਾਂ ਦੀ ਇੱਛਾ ਪੂਰੀ ਕਰੇ। ਉਹ ਕਰਦੇ ਜੀ, ਸਾਨੂੰ ਇਸ ਮੁਕਾਮ ਤੇ ਪਹੁੰਚਾਉਣ ਵਾਲੇ ਸਾਡੇ ਮਾਤਾ ਪਿਤਾ ਹੀ ਨੇ। ਕਿੰਨੇ ਕੁ ਸਮਝੌਤੇ ਕਰੇ ਹੋਣੇ ਚੀਜ਼ਾਂ ਨਾਲ। ਪਹਿਲਾਂ ਸਾਡੇ ਪਿਤਾ ਜੀ ਦੀ ਸੋਚ ਸੀ ਕਿ ਇਹ ਮੇਰੇ ਪੁੱਤਰ ਜਿਹੜੇ ਨੇ ਅਫਸਰ ਬਣਨ। ਇਹਨਾਂ ਨੇ ਉਹ ਬੀਜ ਧਰਤੀ ਵਿੱਚ ਬੀਜਿਆ ਤੇ ਸਾਡੇ ਮਾਤਾ ਜੀ ਨੇ ਆਪਣੇ ਸਬਰ ਨਾਲ, ਸਿੱਧਕ ਨਾਲ ਉਹਨੂੰ ਸਿੰਜਿਆ। ਸਤਿ ਸ੍ਰੀ ਅਕਾਲ ਪਰਿਵਾਰ, ਮੇਰੇ ਪਿੱਛੇ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਤਸਵੀਰ ਕਿ ਗੁਰਸਿੱਖ ਪਰਿਵਾਰ ਆ ਤੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਉਹ ਪਰਿਵਾਰ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਅੱਗੇ ਬੱਚਿਆਂ ਨੇ ਵੀ ਉਸੇ ਤਰ੍ਹਾਂ ਦੇ ਨਾਲ ਫੋਲੋ ਕੀਤੀਆਂ। ਪਰ ਸਭ ਤੋਂ ਵੱਡੀ ਤੁਸੀਂ ਦੇਖੋ ਕਿ ਹੈਰਾਨੀ ਦੀ ਗੱਲ ਕਿ ਦੋਵੇਂ ਪੁੱਤ ਅਤੇ ਦੋਵੇਂ ਪੁੱਤ ਸਰਕਾਰੀ ਲੱਗ ਗਏ ਨੇਗੇ, ਅਤੇ ਕਹਿ ਸਕਦੇ ਹਾਂ ਵੀ ਇਹਨਾਂ ਦੇ ਪਰਿਵਾਰ ਦੇ ਵਾਸਤੇ ਇੱਦੂ ਵੱਡੀ ਖੁਸ਼ੀ ਖੈਰ ਕੋਈ ਹੋ ਹੀ ਨਹੀਂ ਸਕਦੀ। ਇੱਕ ਪਾਸੇ ਮੁੰਡਾ ਸਬ ਇੰਸਪੈਕਟਰ ਖੜਾ, ਦੂਜੇ ਪਾਸੇ ਜੇ ਕਹੀਏ ਕਿ ਉਹਦਾ ਨਾਇਬ ਤਹਿਸੀਲਦਾਰ ਦਾ ਵੀ ਪੇਪਰ ਕਲੀਅਰ ਹੋ ਗਿਆ, ਪਰ ਅੱਜ ਉਰੇ ਕੋਆਪਰੇਟਿਵ ਦੇ ਵਿੱਚ ਵੀ ਉਹਨੂੰ ਜਿਹੜਾ ਨਿਯੁਕਤੀ ਪੱਤਰ ਉਹ ਖੈਰ ਮਿਲ ਗਿਆ ਹੈਗਾ। ਸਤਿ ਸ਼੍ਰੀ ਅਕਾਲ ਮਾਤਾ ਜੀ, ਪਹਿਲਾਂ ਤਾਂ ਕਿਉਂਕਿ ਇਹਨਾਂ ਨਾਲੋਂ ਵੱਡਾ ਦਿਨ ਤੁਹਾਡੇ ਵਾਸਤੇ ਆ, ਕਿਉਂਕਿ ਦੋਨੇ ਕਾਕੇ ਜੇ ਕਹੀਏ ਕਿ ਲੱਗੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਖੁਸ਼ੀ ਦਾ ਦਿਨ ਆ ਮੇਰੇ ਲਈ। ਕੋਈ ਸਰਕਾਰੀ ਮੁਲਾਜ਼ਮ ਜਾਂ ਲੋਕਾਂ ਦੀ ਦੇਖੇ ਹੁਣ ਤੱਕ? ਨਹੀਂ ਜੀ, ਸਾਡੀ ਫੈਮਿਲੀ ਵਿੱਚ ਨਹੀਂ ਹੈ ਮੇਰੇ ਦੋਨੋਂ ਬੱਚਿਆਂ ਦਾ। ਮੇਰਾ ਸੁਪਨਾ ਸੀ ਕਿ ਮੇਰੇ ਬੱਚੇ ਕਦੀ ਕਿਤੇ ਬਾਹਰ ਨਾ ਜਾਣ। ਮੈਂ ਖੁਦ ਵੀ ਮੇਰੀ ਦਿਲੋਂ ਇਹ ਇੱਛਾ ਹੈ ਕਿ ਮੇਰੇ ਬੱਚੇ ਪੰਜਾਬ ਵਿੱਚ ਰਹਿ ਕੇ ਇੱਕ ਅਫਸਰ ਲਾਈਨ ਵਿੱਚ ਆ ਕੇ ਇੱਕ ਇਮਾਨਦਾਰ ਅਫਸਰ ਬਣ ਕੇ ਸੇਵਾ ਕਰਨ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਭ੍ਰਿਸ਼ਟ ਹੈ, ਸਾਰਾ ਕੁਝ ਭ੍ਰਿਸ਼ਟ ਹੈ, ਭ੍ਰਿਸ਼ਟਾਚਾਰ ਬਹੁਤ ਵੀ ਟਕਰੇ ਹੈ ਜੇ ਉਹ। ਸਾਨੂੰ ਇਹੋ ਜਿਹਾ ਕੋਈ ਟੱਕਰਿਆ ਨਹੀਂ ਅੱਜ ਤੱਕ, ਪਰ ਰੂਟੀਨ ਵਿੱਚ ਜਦੋਂ ਸੁਣਦੇ ਹਾਂ ਜੀ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਆ, ਇਹ ਨਹੀਂ ਸਹੀ ਨਹੀਂ ਹੈਗਾ ਸਿਸਟਮ ਇੱਥੋਂ ਦਾ, ਅਸੀਂ ਤਾਂ ਬਾਹਰ ਜਾ ਰਹੇ ਹਾਂ। ਪਰ ਮੈਂ ਕਹਿੰਦੀ ਹਾਂ ਕਿ ਨੌਜਵਾਨ ਜੋ ਵੀ ਪੀੜ੍ਹੀ ਅੱਜ ਦੀ, ਉਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਅਫਸਰ ਬਣੀਏ, ਚੰਗੇ ਅਫਸਰ ਬਣੀਏ, ਚੰਗੇ ਨੇਤਾ ਬਣੀਏ, ਕਿ ਅਸੀਂ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਈਏ। ਅਸੀਂ ਵੀ ਬਾਹਰਲੇ ਮੁਲਕ ਤੋਂ ਵਧੀਆ ਆਪਣੇ ਹੁਣ ਨਹੀਂ ਬਣਾ ਸਕਦੇ ਹਾਂ, ਸਮਝ ਗਏ? ਨੌਜਵਾਨਾਂ ਦੀ ਹੈਗੀ ਅਤੇ ਤੁਸੀਂ ਕਦੋਂ ਕਦੇ ਲੱਗੇ ਹੋਏ ਤਿਆਰੀ? ਮੈਨੂੰ ਜੀ ਅੰਦਾਜ਼ਾ ਇੱਕ ਦਹਾਕੇ ਵਜੋਂ ਹੀ ਹੋ ਗਿਆ ਜੀ ਤਿਆਰੀ ਕਰਦਿਆਂ ਨੂੰ। ਹਾਂਜੀ, ਇੰਨਾ ਸਮਾਂ, ਯਾਨੀ ਕਿ ਉਹਨੇ ਸਮੇਂ ਦੇ ਦੌਰਾਨ ਹੀ? ਹਾਂ, ਪਹਿਲਾਂ ਮੈਂ UPSC ਦੀ ਤਿਆਰੀ ਵੀ ਕਰਦਾ ਰਿਹਾ ਅਤੇ PPSC ਦੇ ਵਿੱਚ ਵੀ ਮੈਂ ਇੰਟਰਵਿਊ ਤੱਕ ਪਹੁੰਚਿਆ ਹੋਇਆ, ਅਤੇ ਚਲੋ ਹੁਣ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਵੀ ਰਸਤੇ ਖੁੱਲ੍ਹੇ ਆ, ਜਿਵੇਂ ਅੱਗੇ ਕਹਿੰਦੇ ਨੇ ਵੀ ਕੇਰਾਂ ਬਾਹ ਫੜ ਲਈਏ ਤਾਂ ਅੱਗੇ ਚੱਲੀ ਜਾਵਾਂਗੇ, ਇਹ ਨਹੀਂ ਕਿ ਇੱਥੇ ਰੁਕਾਂਗੇ, ਇਸ ਤੋਂ ਅੱਗੇ ਵੀ ਆ, ਬੇਟੇ ਨੇ ਵੀ ਅੱਗੇ ਵੀ ਤਿਆਰੀ ਕਰਨੀ ਹੈਗੀ ਆ, UPSC ਵਗੈਰਾ ਵਾਸਤੇ, ਇਹਨੇ ਵੀ ਔਰੇ ਵੀ ਕਰੇਗਾ। ਮਾਨ ਸਾਹਿਬ ਨੇ ਹੁਣ ਵੀ ਅੱਜ ਕਹਿ ਕੇ ਗਏ ਹੈ ਕਿ ਤੁਸੀਂ ਤਕੜੇ ਹੋ ਜਾਓ, ਅਸੀਂ ਤੁਹਾਡੇ ਵਾਸਤੇ UPSC ਦੇ ਸੈਂਟਰ ਖੋਲਣ ਲੱਗੇ ਹਾਂ, ਤਿਆਰੀਆਂ ਕਰਨੀਆਂ, ਹੋਰ ਵੱਡੇ ਅਫਸਰ ਬਣ ਕੇ ਆਪਾਂ ਨਿਕਲ। ਜ਼ਿੰਮੇਵਾਰੀ ਬਣੀ ਇੰਸਪੈਕਟਰ ਜੀ, ਇੰਸਪੈਕਟਰ ਕੋਆਪਰੇਟਿਵ ਸੋਸਾਇਟੀਜ਼। ਜੇ ਕਹੀਏ ਕਿ ਇੱਧਰ ਇੱਕ ਪਾਸੇ ਕੋਆਪਰੇਟਿਵ ਦਾ ਇੰਸਪੈਕਟਰ, ਦੂਜੇ ਪਾਸੇ ਪੰਜਾਬ ਪੁਲਿਸ ਦਾ ਇੰਸਪੈਕਟਰ, ਦੋਨੇ ਭਾਈਆਂ ਦਾ ਕਹਿ ਸਕਦੇ ਆ ਵੀ ਕੋਈ ਕੋਈ ਸਮਾਂ ਹੀ ਹੁੰਦਾ ਹੈ ਵੀ ਤੁਹਾਨੂੰ ਵੀ ਤੁਹਾਨੂੰ ਕਿੰਨਾ ਕੁ ਟਾਈਮ ਪਹਿਲਾਂ ਮਿਲੀ ਹੈਗੀ? ਪਹਿਲਾਂ ਜੀ ਮੈਂ ਪਟਵਾਰੀ ਸੀਗਾ ਜੀ, ਉਹ ਮੈਨੂੰ ਪਿਛਲੇ ਸਾਲ ਮਿਲੀ ਸੀ, ਅਤੇ ਆ ਤਾਂ ਜਸਟ 9 ਸਤੰਬਰ ਨੂੰ ਸਬ ਇੰਸਪੈਕਟਰ ਜਿਹੜਾ ਹੁਣੇ ਹੁਣੇ ਜੁਆਇਨਿੰਗ ਹੋਈ ਹੈ। ਇੱਕ ਚੀਜ਼ ਤਾਂ ਕਲੀਅਰ ਲੱਗਦੀ ਹੈ ਵੀ ਜਿਵੇਂ ਤੁਸੀਂ ਕਿਹਾ ਵੀ ਤੁਹਾਡੀ ਵੀ ਅੱਗੇ ਜਿਹੜਾ ਨਾਇਬ ਤਹਿਸੀਲਦਾਰ ਵਾਸਤੇ ਤਿਆਰੀ ਕਰ ਰਹੇ ਹੋ, ਤੁਸੀਂ ਜਿਵੇਂ ਪਟਵਾਰੀ ਸੀ ਉਦੋਂ ਬਾਅਦ? ਹਾਂਜੀ, ਉਹਦਾ ਆਲਰੇਡੀ ਰਿਜ਼ਲਟ ਆ ਗਿਆ, ਪਰ ਇਹ ਜੁਆਇਨਿੰਗ ਪੱਤਰ, ਇਹ ਇਸ ਤੋਂ ਪਹਿਲਾਂ ਜਦੋਂ ਹੋ ਹੀ ਚੁੱਕੀ ਇਹਦੀ ਜੁਆਇਨਿੰਗ, ਜੁਆਇਨਿੰਗ ਲੈਟਰ ਕਿਉਂ ਲਈ ਉਹ ਮਿਲੂਗਾ ਅੱਜ ਪਹਿਲਾਂ। ਪਰ ਗੱਲ ਇਹ ਵੀ ਜਿਵੇਂ ਕਹਿ ਦਈਏ ਵੀ ਜਦੋਂ ਇਹ ਤੋਂ ਇੱਕ ਚੀਜ਼ ਤਾਂ ਕਲੀਅਰ ਹੁੰਦੀ ਹੈ ਵੀ ਜਿਵੇਂ ਤੁਸੀਂ ਪੜ੍ਹ ਰਹੇ ਸੀਗੇ ਉਹਦੇ ਹਿਸਾਬ ਦੇ ਨਾਲ ਅੱਗੇ ਜਿਵੇਂ ਹੁਣ ਤੁਸੀਂ ਮੱਲਾਂ ਮਾਰੀਆਂ, ਅਤੇ ਉਹਦੇ ਨਾਲ ਨਾਲ ਅੱਗੇ ਦੇ ਰਾਹ ਖੁੱਲ੍ਹਣੇ ਸ਼ੁਰੂ ਹੋ ਗਏ, ਯਾਨੀ ਕਿ ਦੋ ਜੋਬਾਂ ਇਸੇ ਲਈ ਮਿਲੀਆਂ ਜੇ ਰਸਤਾ ਸਾਫ਼ ਸੀ? ਬਿਲਕੁਲ ਜੀ, ਬਿਲਕੁਲ, ਜਿਵੇਂ ਜਿਵੇਂ ਬਸ ਆਪਦੀ ਮਿਹਨਤ ਕਹਿ ਲਓ ਕਰਦੇ ਰਹੋ ਅਤੇ ਰੱਬ ਮੌਕਾ ਦਿੰਦਾ ਹੀ ਹੈ, ਕਦੇ ਨਾ ਕਦੇ ਸਮਾਂ ਆਉਂਦਾ ਹੀ ਹੈ ਜੀ। ਕਹਿਣ ਦਾ ਮਤਲਬ ਜੇ ਮਤਲਬ ਜੀ ਗੱਲ ਕਰੀਏ ਗੁਆਂਢ ਮੱਥੇ ਵੀ ਅਤੇ ਰਿਸ਼ਤੇਦਾਰੀ, ਜਿਵੇਂ ਹੁਣ ਤਾਂ ਦੋ ਦੋ ਇੰਸਪੈਕਟਰ ਹੋ ਗਏ, ਉਦੋਂ ਬਾਅਦ ਤਾਂ ਖੈਰ ਹੁਣ ਇਹਦਾ ਤਾਂ ਰੈਂਕ ਵੱਧ ਲਿਆ ਤਹਿਸੀਲਦਾਰ ਕੰਨੀ ਉਹ, ਪਰ ਕਹਿੰਦੇ ਆ ਵੀ ਦਾਤੇ ਦਾ ਇਹ ਸ਼ੁਕਰਾਨਾ ਹੀ ਹੁੰਦਾ ਵੀ ਜਿਵੇਂ ਕਹਿੰਦੇ ਆ ਵੀ ਕੋਈ ਪੁਰਾਣੀਆਂ ਚੀਜ਼ਾਂ ਸਾਡੀਆਂ ਦਾਨ ਕਰੀਆਂ ਅੱਗੇ ਆ ਜਾਂਦੀਆਂ। ਹਾਂਜੀ, ਬਹੁਤ ਸ਼ੁਕਰ ਆ ਪ੍ਰਮਾਤਮਾ ਦਾ, ਮੈਂ ਤਾਂ ਕੋਟਾਂ ਕੋਟ ਧੰਨਵਾਦ ਕਰਦੀ ਹਾਂ, ਬਹੁਤ ਖੁਸ਼ੀ ਦੇ ਪਾਲ ਆ ਮੇਰੇ ਵਾਸਤੇ, ਮੇਰੇ ਦੋਨੋਂ ਬੱਚੇ ਇਸ ਵੇਲੇ ਇੰਸਪੈਕਟਰ ਸਿਲੈਕਟ ਹੋ ਚੁੱਕੇ ਆ, ਤਾਂ ਅੱਗੇ ਵੀ ਪ੍ਰਮਾਤਮਾ ਕਿਰਪਾ ਕਰੇ, ਤਰੱਕੀਆਂ ਕਰੇ ਔਰ ਪੰਜਾਬ ਸਰਕਾਰ ਨੂੰ ਵੀ ਜਿਵੇਂ ਭਾਮਾਨ ਸਾਹਿਬ ਨੇ ਸੋਚਿਆ ਹੈ ਕਿ ਮੈਂ ਖੁਸ਼ਹਾਲ ਪੰਜਾਬ ਬਣਾਉਣਾ, ਸੱਚੇ ਪਾਤਸ਼ਾਹ ਉਹਨਾਂ ਦੀ ਇੱਛਾ ਪੂਰੀ ਕਰੇ। ਜੇ ਦੇਖੇ ਜੁਰਗੋ, ਤੁਸੀਂ ਇੱਕ ਚੀਜ਼ ਦੱਸੋ, ਤੁਸੀਂ ਕਦੇ ਸੋਚਿਆ ਸੀ ਖੁਦ ਦੇ ਵਾਸਤੇ ਵੀ ਮੈਂ ਪਹਿਲਾਂ, ਕਿਉਂਕਿ ਚਲੋ ਧੀ ਪੁੱਤ ਦਾ ਬਾਅਦ ਦੇ ਜਦੋਂ ਤੁਸੀਂ ਅੱਗੇ ਪੜ੍ਹਾਈ ਲਿਖਾਈ ਕਰੀ ਹੋਣੀ, ਤੁਹਾਨੂੰ ਸੋਚਿਆ ਸੀ ਵੀ ਕਦੇ ਕੋਈ ਸਰਕਾਰੀ ਹੱਥ ਪੱਲਾ ਫਸੂਗਾ ਆਪਦਾ?
नहीं असी नहीं सोचा सीगा क्योंकि असी भी पहला छोटे स्कूलों पढ़े सी थोड़ा थोड़ा पढ़े सी माता पिता ने कमा ते लाता तो इस करके असी सोचा नहीं सी पर असी धन्नवाद करते हैं गुरु साहब का सच्चे पातशाह का भी जिन्होंने इन्हों की मेहनत न फल लाया इन्होंने मेहनत बहुत की सू इस मुकाम से पहुँचाने वाले साडे माता पिता ही ने कि समझौते करे होने चीजा पहला साडे पिता जी की सोच सी कि यह मेरे पुत्र जिहड़े ने अफसर बनन इन्होंने वह बीज धरती में बीजा तो साडे माता जी ने अपने सबर नाल सिदक नाल उन्हों सिंजिया पिछे हटे होने थोनू अगे करने वास्ते। हाँ जी हाँ जी बिल्कुल अपने आप न यानी कि अपनी इच्छावान है ना जी खत्म करके भी इन्होंने साडे सहयोग किया साडा अज तक वेखो कि सबर करना इन्ने वे वे असं हो गए फिर भी सानू कदे नहीं आख्या कि तुसी कोई हाँ काम करा करो तो हाँ जी फिर भी सानू बहुत हर पक्ष सपोर्ट मिली है साडे मम्मी डैडी इन्होंने सानू पूरा सहयोग दिता इस करके अज मुकाम करते हो जी असी जी आई एम सैल्फलैस कम्यूनिटी वलंटीयर असी निष्काम सेवादार हैं जिथे भी कुदरती आफत आदियाँ उत्थे बेअंत सतगुर सच्चे पातशाह सानू कन्नों फड़ के सेवा लेंदे आ ते साडे सहयोगी सानू बहुत भारी सहयोग देंदे आ जिस करके असी उत्थे जा के ते बहुत वड्डी रकम खर्च के सेवा करदे आ यानी कि एक गल कह सकदे आ वी जे तुसी दाते दी अगे सेवा करदे हो तां दाते बाह फड़दा है इन्हां ने भी सेवा ही करनी है ये क्योंकि इन्होंने कोई लोभ लालच वास्ते नहीं यह नौकरियां ज्वाइन कीतियां साडे पिता जी फ्रीडम फाइटर सीगे ये फ्रीडम फाइटर दे पोतरे आ जिवें शहीद भगत सिंह जी ने जिहड़ा सोचा सी भी देश आजाद होने तो बाद जिहो जिहा देश सोचा सी उहो जिहा देश बनाउण विच इन्होंने योगदान पाउणा है। सर बहुत बहुत मुबारकां पूरे परिवार नूं ते नाल कह सकदे हां कि जिस तरह के नाल शुरुआत होई तो इस परिवार दे विच इक गल सब तो वड्डी आ कहिंदे साडे पिता का सबर संतोख तो माता का सबर संतोख सी कि जिहदे करके अज दो इंस्पैक्टर नायब तहसीलदार मुंडा सिलेक्ट हो चुका है कि राह सौखे हो जाते हैं जो तुम ईमानदारी चलते हो। सीनियर विजुअलिस्ट मतेज के नाल सुमित सिंह रोजाना सुख सुन टीवी चंडीगढ़।